ਕਿੰਨੇ ਦਿਨ ਦਿਨ ਤੇ ਬੱਚੇ ਨੂੰ ਸੇਲ ਕਰਨਾ ਚਾਹੀਦਾ ਜੇ ਕਿਸੇ ਨੇ ਲੈਣਾ ਤਾਂ ਕੀ ਦੇਖਣਾ ਚਾਹੀਦਾ ਬੱਚੇ ਚ ਵੀ ਕਿੰਨੇ ਦਿਨ ਦਾ ਬਹੁਤ ਬਦਤਮੀਜ਼ੀਆਂ ਕਰਦਾ ਕੋਈ ਗਲਤ ਆਦਤਾਂ ਪਈਆਂ ਹੋਈਆਂ ਤੁਸੀਂ ਉਹਦੇ ਛੱਡ ਕੇ ਜਾ ਸਕਦੇ ਹੋ ਬਿਨਾ ਮਾਰੇ ਟ੍ਰੇਨ ਕਰਦੇ ਆ ਔਰ 10 ਦਿਨਾਂ ਦੇ ਵਿੱਚ ਤੁਹਾਡੇ ਡੌਗ ਨੂੰ ਹੈਂਡਓਵਰ ਕਰਦਾ ਸਿਟ ਡਾਊਨ 2 ਲੱਖ ਰੁਪਏ ਵਾਲਾ ਸਾਨੇ ਸਪੈਸ਼ਲ ਇਸ ਦੇ ਜਿਹੜਾ ਪ੍ਰੋਫੈਸ਼ਨਲ ਟ੍ਰੈਡਮਿਲ ਹੈਗਾ ਜਿਮ ਦੇ ਵਿੱਚ ਯੂਜ਼ ਹੁੰਦਾ ਸੀ ਉਹ ਟ੍ਰੈਡਮਿਲ ਰੱਖਿਆ ਹੋਇਆ ਅੱਛਾ ਯਾਨੀ ਡੌਗੀ ਜਿਹੜੀ ਜਿਮ ਬਣਾਤੀ ਹੈ ਹਾਂਜੀ ਹਾਂਜੀ ਹਾਂ ਹੈਲੋ ਅਸੀਂ ਸੈਸ਼ਨ ਦਿੰਨੇ ਆ ਅੱਧੇ ਘੰਟੇ ਦਾ ਘੰਟੇ ਦਾ ਸੈਸ਼ਨ ਦਿੰਨੇ ਆ ਕੁੱਤੇ ਨੂੰ ਕਿੰਨਾ ਦੇਣਾ ਆ ਖਾਣ ਨੂੰ ਕਦ ਦੇਣਾ ਆ ਕੀ ਦੇਣਾ ਆ ਡੌਗ ਬਰੀਡਿੰਗ ਲਈ ਜ਼ਿਆਦਾਤਰ ਵੀਰ ਪਾਲਦੇ ਆ ਹਨਾ ਕਿ ਅਸੀਂ ਆਪਣਾ ਬਿਜ਼ਨਸ ਕਰਨਾ ਤੇ ਪਰ ਉਹ ਇਹ ਬਿਜ਼ਨਸ ਦੇ ਵਿੱਚੋਂ ਫੇਲ ਹੋ ਜਾਂਦੇ ਆ 7 ਸੀਜ਼ਨ ਚੱਲ ਰਿਹਾ ਉਮਸ ਵਾਲਾ ਇਹਦੇ ਵਿੱਚ ਨਾ ਜਦ ਵੀ ਕੋਈ ਜਾਨਵਰ ਖਾਜ ਕਰਦਾ ਉਹਦੇ ਇੱਕ ਸਕ੍ਰੈਚ ਪੈ ਜਾਂਦਾ ਆ ਜਾਂ ਕੋਈ ਸੱਟ ਲੱਗ ਜਾਂਦੀ ਆ ਮੱਖੀ ਆਂਦੀ ਆ ਜਿਹੜੀ ਘਰ ਘਰੇਲੂ ਮੱਖੀ ਆ ਉਹ ਆ ਕੇ ਉਹਦੇ ਉੱਪਰ ਉਹਦੀ ਸਮੈਲ ਦੇ ਉੱਪਰ ਆ ਕੇ ਉਹ ਉਸ ਜ਼ਖਮ ਦੇ ਉੱਪਰ ਅੰਡੇ ਦੇ ਦਿੰਦੀ ਆ ਅੰਡੇ ਤੋਂ ਬਾਅਦ ਮੈਗਟਸ ਬਣ ਜਾਂਦੇ ਤੇ ਜਿੱਦਾਂ ਬਾਲ ਝੜਨੇ ਸ਼ੁਰੂ ਹੋ ਜਾਂਦੇ ਉਹ ਵੀ ਕੋਈ ਇਹਨਾਂ ਦੇ ਫੂਡ ਦੀ ਪ੍ਰੋਬਲਮ ਹੁੰਦੀ ਹੈ ਹਾਂਜੀ ਕਿੰਨੇ ਵਾਰ ਮੀਲ ਇਹਨਾਂ ਨੂੰ ਦੇਣਾ ਚਾਹੀਦਾ ਇਹਨਾਂ ਨੂੰ ਦੇਵੋ ਜਿਹੜਾ ਹੈਗਾ ਆ ਸਾਦਾ ਭੋਜਨ ਜਿੱਦਾਂ ਕਿ ਉਬਲੇ ਹੋਏ ਚਾਵਲ ਉਬਲੇ ਹੋਇਆ ਦਲੀਆ ਉਬਲੇ ਹੋਏ ਅੰਡੇ ਉਬਲੇ ਹੋਇਆ ਮੀਟ ਮੇਰੀ ਟ੍ਰੇਨਿੰਗ ਸੈਂਟਰ ਹੈ ਜਿਹਦੇ ਵਿੱਚ ਅਸੀਂ 10 ਦਿਨਾਂ ਦੇ ਵਿੱਚ ਸਿਰਫ ਡੌਗ ਨੂੰ ਹੈਂਡਓਵਰ ਦੇ ਦਿੰਨੇ ਆ ਠੀਕ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਡੌਗਸ ਨੂੰ ਪਿਆਰ ਨਹੀਂ ਕਰਨਾ ਚਾਹੀਦਾ ਨਹੀਂ ਨਹੀਂ ਕਰਨਾ ਚਾਹੀਦਾ ਬਟ ਉਹ ਜਿਹੜਾ ਪਿਆਰ ਹੈਗਾ ਆ ਉਹ ਜਿਹੜਾ ਦੁਲਾਰ ਹੈਗਾ ਆ ਉਹ ਜਦ ਦਵੋ ਜਦੋਂ ਕੋਈ ਚੰਗਾ ਕੰਮ ਕਰਦਾ ਆ ਠੀਕ ਹੈ ਲੋਕ ਤਾਂ ਫ੍ਰੀ ਆਫ ਕੋਸਟ ਹੀ ਜੱਫੀਆਂ ਪਾਈ ਜਾਂਦੇ ਨੇ ਬੈੱਡਾਂ ਤੇ ਸੁਲਾਈ ਜਾਂਦੇ ਨੇ ਗੋਦੀਆਂ ਚੱਕ ਕੇ ਫਿਰੀ ਜਾਂਦੇ ਨੇ ਮਤਲਬ ਕਰਨਾ ਚਾਹੀਦਾ ਆ ਜਾਨਵਰ ਨੂੰ ਪਿਆਰ ਬਟ ਕੋਈ ਚੰਗਾ ਕੰਮ ਕਰੇ ਤਾਂ ਜ਼ਿਆਦਾ ਪਿਆਰ ਦੇਣ ਦੇ ਨਾਲ ਜ਼ਿਆਦਾ ਦੁਲਾਰ ਦੇਣ ਦੇ ਨਾਲ ਜ਼ਿਆਦਾ ਖੁਰਾਕ ਦੇਣ ਦੇ ਨਾਲ ਐਕਸਰਸਾਈਜ਼ ਬੰਦ ਕਰਾ ਦਿੰਨੇ ਆ ਅਸੀਂ ਐਕਸਰਸਾਈਜ਼ ਕਰਾਉਂਦੇ ਨਹੀਂ ਬਸ ਘਰ ਦੇ ਵਿੱਚ ਹੀ ਰੱਖ ਲੈਣੇ ਆ ਕਿਉਂਕਿ ਅਸੀਂ ਵੀ ਐਕਸਰਸਾਈਜ਼ ਜ਼ਿਆਦਾ ਨਹੀਂ ਕਰਦੇ ਤੇ ਡੌਗਸ ਵੀ ਨਹੀਂ ਕਰਦੇ ਹੈਗੇ ਤਾਂ ਫਿਰ ਉਹ ਚਿੜਚਿੜੇ ਹੋ ਜਾਂਦੇ ਨੇ ਅਗਰੈਸਿਵ ਹੋ ਜਾਂਦੇ ਨੇ ਕਮਾਂਡਲੈਸ ਹੋ ਜਾਂਦੇ ਨੇ ਇਹ ਸਾਈਬੇਰੀਅਨ ਹਸਕੀ ਆ ਜੀ ਲੌਂਗ ਕੋਟ ਹੈ ਬੜੇ ਬਾਲਾ ਵਾਲਾ ਠੀਕ ਹੈ ਛੋਟੇ ਛੋਟੇ ਕਿਊਟ ਕਿਊਟ ਪੱਪੀਜ਼ ਜਿਹੜੇ ਦੇਖਣ 'ਚ ਬੜੇ ਸੋਹਣੇ ਲੱਗਦੇ ਆ ਤੇ ਸਾਡਾ ਸਾਰਿਆਂ ਦਾ ਦਿਲ ਕਰਦਾ ਹੁੰਦਾ ਵੀ ਇਹਨਾਂ ਨੂੰ ਆਪਣੇ ਘਰ ਲਿਆਈਏ ਖਾਸ ਕਰ ਸਾਡੇ ਬੱਚੇ ਜਦੋਂ ਦੇਖਦੇ ਆ ਜਿੱਦ ਕਰਦੇ ਆ ਪਰ ਜਦੋਂ ਕਿਊਟ ਕਿਊਟ ਪੱਪੀਜ਼ ਬੜੇ ਹੋ ਜਾਂਦੇ ਆ ਬਹੁਤ ਜ਼ਿਆਦਾ ਪ੍ਰੋਬਲਮਾਂ ਕ੍ਰੀਏਟ ਕਰਨ ਲੱਗ ਜਾਂਦੇ ਤੇ ਉਹਨਾਂ ਸਾਰੀਆਂ ਪ੍ਰੋਬਲਮਾਂ ਦਾ ਹੱਲ ਆ ਰਿਸ਼ੀ ਥਾਪਰ ਡੌਗ ਟ੍ਰੇਨਿੰਗ ਸੈਂਟਰ ਪਟਿਆਲਾ ਵਿਖੇ ਤੇ ਅੱਜ ਮੇਰੇ ਨਾਲ ਵੀਰ ਰਿਸ਼ੀ ਥਾਪਰ ਜੀ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਵੀ ਡੌਗਸ ਦੇ ਵਿੱਚ ਜਦੋਂ ਬੜੇ ਹੁੰਦੇ ਆ ਇਹ ਪ੍ਰੋਬਲਮਾਂ ਕਿਉਂ ਆ ਜਾਂਦੀਆਂ ਜਿਹੜਾ ਕਮਾਂਡ ਮੰਨਣੀ ਜਿਹੜੀ ਬੰਦ ਕਿਉਂ ਕਰ ਦਿੰਦੇ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਦਾ ਸਵਾਗਤ ਹੈ ਵੀਡੀਓ 'ਚ ਸਤਿ ਸ਼੍ਰੀ ਅਕਾਲ ਜੀ ਇਹਨਾਂ ਦਾ ਡੌਗ ਬਾਰੇ ਦੱਸੋ ਵੀਰ ਜੀ ਬਹੁਤ ਜ਼ਿਆਦਾ ਸੋਹਣਾ ਤੇ ਕਿਹੜੀ ਬਰੀਡ ਆ ਤੇ ਕਿੱਥੋਂ ਆਇਆ ਇਹ ਕੱਲ ਨਾ ਜੀ ਇਹ ਅੰਡਰ ਪ੍ਰੋਸੈਸ ਹੀ ਹੈਗਾ ਇਹ ਟ੍ਰੇਨਿੰਗ ਵਾਸਤੇ ਕੱਲ ਹੀ ਛੱਡ ਕੇ ਗਏ ਨੇ ਇਹ ਅਗਰੈਸਿਵ ਹੈ ਡੌਗ ਠੀਕ ਹੈ ਜੀ ਔਰ ਇਹ ਲੁਧਿਆਣਾ ਤੋਂ ਆਇਆ ਹੈਗਾ ਆ ਖਿੱਚਦਾ ਬਹੁਤ ਹੈ ਹਾਂਜੀ ਤੇ ਇਹ ਡੌਗਸ ਨੂੰ ਵੀ ਪੈ ਜਾਂਦਾ ਤੇ ਬੰਦਿਆਂ ਨੂੰ ਵੀ ਅਟੈਕ ਕਰ ਦਿੰਦਾ ਹੈਗਾ ਇਹ ਸਾਡੇ ਕੋਲ ਆਇਆ ਅੰਡਰ ਪ੍ਰੋਸੈਸ ਹੀ ਹੈ ਕੱਲ ਹੀ ਆਇਆ ਤੇ ਕਾਫੀ ਫੇਰ ਵੀ ਅਸਾਂ ਨੇ ਕੱਲ ਕੱਲ ਦੇ ਵਿੱਚ ਇਹਦਾ ਬਿਹੇਵੀਅਰ ਥੋੜਾ ਜਿਹਾ ਚੇਂਜ ਕੀਤਾ ਹੈ ਹਾਂਜੀ ਵੀਰ ਜੀ ਬਰੀਡ ਕਿਹੜੀ ਹੈ ਇਹਦੀ ਇਹ ਸਾਈਬੇਰੀਅਨ ਹਸਕੀ ਹੈ ਜੀ ਲੌਂਗ ਕੋਟ ਹੈ ਬੜੇ ਬਾਲਾ ਵਾਲਾ ਠੀਕ ਹੈ ਠੀਕ ਹੈ ਬੁਲੀ ਕੋਟ ਕਹਿੰਦੇ ਆਪਾਂ ਇਹਨਾਂ ਨੂੰ ਠੀਕ ਹੈ ਵੀਰ ਜੀ ਹਾਂਜੀ ਹਾਂਜੀ ਤੇ ਵੀਰ ਜੀ ਜਿਵੇਂ ਹਨਾ ਜਦੋਂ ਡੌਗੀਜ਼ ਪੱਪੀਜ਼ ਹੁੰਦੇ ਆ ਛੋਟੇ ਹੁੰਦੇ ਆ ਤਾਂ ਬੜੇ ਕਿਊਟ ਹੁੰਦੇ ਆ ਤੇ ਆਪਾਂ ਈਜ਼ੀਲੀ ਖੇਡ ਲੈਂਦੇ ਆ ਪਰ ਜਿਵੇਂ ਜਿਵੇਂ ਵੱਡੇ ਹੋ ਜਾਂਦੇ ਆ ਅਗਰੈਸਿਵ ਹੋਣ ਲੱਗ ਜਾਂਦੇ ਆ ਸਾਡੀਆਂ ਗੱਲਾਂ ਮੰਨਣੀਆਂ ਬੰਦ ਕਰ ਦਿੰਦੇ ਆ ਦੂਸੋ ਫੋਟੀ ਅੰਦਰ ਕਰਨ ਲੱਗ ਜਾਂਦੇ ਕਈ ਵਾਰ ਪ੍ਰੋਬਲਮ ਇੰਨੀ ਜ਼ਿਆਦਾ ਆਉਂਦੀ ਆ ਜੀ ਦੇਖੋ ਭੈਣ ਜੀ ਸੁਨੱਖੇ ਸਾਰਿਆਂ ਨੂੰ ਲੱਗਦੇ ਆ ਡੌਗ ਹਾਂਜੀ ਤੇ ਲੋਕ ਲੈ ਆਉਂਦੇ ਨੇ ਹਾਂਜੀ ਬਟ ਦਿੱਕਤ ਅਸੀਂ ਉਹ ਪੇਸ਼ ਕਰਦੇ ਆ ਡੌਗਸ ਦੇ ਵਿੱਚ ਅਸੀਂ ਉਹ ਪੈਦਾ ਕਰਦੇ ਆ ਦਿੱਕਤਾਂ ਜਿੱਦਾਂ ਕਿ ਸਾਨੂੰ ਰੱਖਣ ਦਾ ਪਤਾ ਨਹੀਂ ਹੁੰਦਾ ਹੈਗਾ ਆ ਸਾਨੂੰ ਉਹਨਾਂ ਦੇ ਬਿਹੇਵੀਅਰ ਨੂੰ ਮੇਨਟੇਨ ਕਰਨਾ ਨਹੀਂ ਆਉਂਦਾ ਸਾਨੂੰ ਅਸੀਂ ਉਹਨਾਂ ਨੂੰ ਹਾਈਪਰ ਐਕਟਿਵ ਜ਼ਿਆਦਾ ਕਰ ਲੈਂਦੇ ਹਾਂ ਜ਼ਿਆਦਾ ਪਿਆਰ ਦੇਣ ਦੇ ਨਾਲ ਜ਼ਿਆਦਾ ਦੁਲਾਰ ਦੇਣ ਦੇ ਨਾਲ ਜ਼ਿਆਦਾ ਖੁਰਾਕ ਦੇਣ ਦੇ ਨਾਲ ਐਕਸਰਸਾਈਜ਼ ਬੰਦ ਕਰਾ ਦਿੰਨੇ ਆ ਅਸੀਂ ਐਕਸਰਸਾਈਜ਼ ਕਰਾਉਂਦੇ ਨਹੀਂ ਬਸ ਘਰ ਦੇ ਵਿੱਚ ਹੀ ਰੱਖ ਲੈਂਦੇ ਆ ਕਿਉਂਕਿ ਅਸੀਂ ਵੀ ਐਕਸਰਸਾਈਜ਼ ਜ਼ਿਆਦਾ ਨਹੀਂ ਕਰਦੇ ਤੇ ਡੌਗਸ ਵੀ ਨਹੀਂ ਕਰਦੇ ਹੈਗੇ ਤਾਂ ਫਿਰ ਉਹ ਚਿੜਚਿੜੇ ਹੋ ਜਾਂਦੇ ਨੇ ਅਗਰੈਸਿਵ ਹੋ ਜਾਂਦੇ ਨੇ ਕਮਾਂਡਲੈਸ ਹੋ ਜਾਂਦੇ ਨੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਡੌਗਸ ਨੂੰ ਪਿਆਰ ਨਹੀਂ ਕਰਨਾ ਚਾਹੀਦਾ ਨਹੀਂ ਨਹੀਂ ਕਰਨਾ ਚਾਹੀਦਾ ਬਟ ਉਹ ਜਿਹੜਾ ਪਿਆਰ ਹੈਗਾ ਆ ਉਹ ਜਿਹੜਾ ਦੁਲਾਰ ਹੈਗਾ ਆ ਉਹ ਜਦ ਦਵੋ ਜਦੋਂ ਕੋਈ ਚੰਗਾ ਕੰਮ ਕਰਦਾ ਆ ਠੀਕ ਹੈ ਲੋਕ ਤਾਂ ਫ੍ਰੀ ਆਫ ਕੋਸਟ ਹੀ ਜੱਫੀਆਂ ਪਾਈ ਜਾਂਦੇ ਨੇ ਬੈੱਡਾਂ ਤੇ ਸੁਲਾਈ ਜਾਂਦੇ ਨੇ ਗੋਦੀਆਂ ਚੱਕ ਕੇ ਫਿਰੀ ਜਾਂਦੇ ਨੇ ਮਤਲਬ ਕਰਨਾ ਚਾਹੀਦਾ ਆ ਜਾਨਵਰ ਨੂੰ ਪਿਆਰ ਬਟ ਕੋਈ ਚੰਗਾ ਕੰਮ ਕਰੇ ਤਾਂ ਤਾਂ ਹੀ ਉਹਨੂੰ ਪਤਾ ਲੱਗੇ ਐਗਜ਼ਾਮਪਲ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਨੂੰ ਉਹ ਦੱਸੋ ਵੀ ਕਿਉਂਕਿ ਵਿਊਅਰਸ ਵੀ ਦੇਖਣਗੇ ਨਾ ਵੀ ਕੀ ਕਿਵੇਂ ਕਰੀਏ ਹਨਾ ਜੀ ਜੀ ਦੇਖੋ ਜੀ ਗੱਲ ਇਦਾਂ ਆ ਸਾਰਿਆਂ ਨੂੰ ਪਹਿਲਾਂ ਜਦ ਅਸੀਂ ਡੌਗ ਲੈ ਕੇ ਆਨੇ ਆ ਜਦ ਅਸੀਂ ਡੌਗ ਲੈ ਕੇ ਆਨੇ ਆ ਤਾਂ ਸਾਰਿਆਂ ਨੂੰ ਪਹਿਲਾਂ ਅਸੀਂ ਜਿਹੜਾ ਹੈ ਡੌਗ ਨੂੰ ਚੰਗੀਆਂ ਚੀਜ਼ਾਂ ਚੰਗੀਆਂ ਆਦਤਾਂ ਸਿਖਾਈਏ ਜਦੋਂ ਚੰਗੀਆਂ ਆਦਤਾਂ ਸਿੱਖ ਜਾਂਦਾ ਡੌਗ ਉਸ ਤੋਂ ਬਾਅਦ ਹੀ ਜਾ ਕੇ ਅਸੀਂ ਉਹਨੂੰ ਪਿਆਰ ਦਿੰਨੇ ਆ ਜਿੱਦਾਂ ਫੋਰ ਐਗਜ਼ਾਮਪਲ ਸਾਡੇ ਘਰ ਦੇ ਵਿੱਚ ਬੱਚੇ ਆ ਛੋਟੇ ਜਦੋਂ ਪੜ੍ਹਦੇ ਨੇ ABC ਕਰਦੇ ਨੇ ਜਾਂ ਕੁਝ ਵਧੀਆ ਚੀਜ਼ ਪਰਫਾਰਮੈਂਸ ਕਰਕੇ ਲੈ ਕੇ ਆਉਂਦੇ ਤਾਂ ਅਸੀਂ ਉਹਨਾਂ ਨੂੰ ਕਹਿੰਦੇ ਅਸੀਂ ਤੁਹਾਨੂੰ ਟੋਏ ਦੇਵਾਂਗੇ ਆ ਅਸੀਂ ਤੁਹਾਨੂੰ ਕੈਂਡੀਜ਼ ਲੈ ਕੇ ਦੇਵਾਂਗੇ ਆ ਇਦਾਂ ਸੇਮ ਐਜ਼ ਇਟ ਇਜ਼ ਵੀ ਬੱਚੇ ਨੇ ਸਾਡੇ ਜੇ ਕੋਈ ਚੰਗਾ ਕੰਮ ਕਰਦਾ ਉਹਨਾਂ ਨੂੰ ਸਿਖਾਓ ਬੈਠਣਾ ਰੁਕਣਾ
बड़े फास्ट लर्नर होंगे ने डॉग बड़ा जल्दी सीखते हैं जिदा फॉर एग्जाम्पल चार तो लैके अठ क महीने तक बहुत फास्ट लर्निंग की एज होंगी डॉग बहुत जल्दी सीखता है वो असी जिदा ट्रीट दे के डॉग न सिखाने रैपीटेशन कराने 3000 रैपीटेशन जब हो जाता है डॉग के दिमाग के एक पेच कस जाता वो रैपीटेशन का उस तो बाद असी हैंड ओवर कर दें ओनर्स न ओनर्स कहने कि भाई दो तीन हफ्ते तुम आ रिपीट कराओ जगह कैमरा लगे हुआ ईवन जिथे पॉटी सुसू करते हैं उत्थे भी कैमरा लग्या जिथे खाते पीते हैं उत्थे भी कैमरा लग्या जिथों घूम के साडे ऑफिस दे विच आंदे ने उपर ट्रेनिंग सेंटर च जांदे ने ट्रेनिंग करन उत्थे भी कैमरे लगे होए तुसीं पहले ही अपने वल्लों सारा कुछ मेंटेन रखे होए बिल्कुल जी बिल्कुल कोई आके ब्लेम ना करे ना दूजी चीज आ जद तुसीं मैं ही मेरे ख्याल दे विच पंजाब दे विच एक लड़का हैगा आ कल्ला ही मेरे ही ट्रेनिंग सेंटर है जिहदे विच असीं 10 दिनां दे विच सिर्फ डॉग नूं हैंड ओवर दे दिंदे आ बाकी मैनूं पहला मैं भी 3 महीने लगाता हूँ सीगा हूँ एडवांस ट्रेनिंग करने तो बाद जिदा गोरे ट्रेन कर देने अपने डॉग्स को 3-4 दिनों के ट्रेन करके हैंड ओवर कर देंगे असी 10 दिनों के हैंड ओवर कर देने तो जे असी नवी जगह पर यह नवी जगह पर आया डॉग हूँ जे असी इनू मारीए डराइए तो यदि चड्डिया के थले पूछ हो जूगी तो साढ़े हाथ तो कुछ खाऊगा नहीं तो साढ़े ना खेल है असी फ्रेंडली करके इन्नी जल्दी दिने इन्नी जल्दी प्रोसैस के फास्ट प्रोसैस पा दें डॉग को ट्रेन करके सिर्फ 10 दिनों हैंड ओवर कर दें और डॉग भी सीख जाता है जे असी मारिया हो 10 दिनों के सीखे ना डॉग बिल्कुल जी बिल्कुल जिम्मे पोटी सूसू की आप गलते आई है ना जिम्मे घर के अंदर ही जिम्मे जिथे भी बिठा लिया रूम च करती है किसी भी लॉबी मेन ये प्रॉब्लम आती है जेडे भी रखते हैं उन्होंने फिर की हल कर दे ट्रेन कि देखो 10 दिन ना साढ़े को रेंगे ने उड़े साढ़े को 40-50 डॉग ऑन द स्पॉट खड़े ही रेंगे ने जब असी एसी लगे हुए हैं साढ़े एवरीथिंग हर तरह की फैसिलिटीज़ है ट्रेडमिल पे आ पोटी सुसू वास्ते असी बाहर नहीं लैके जाते एरिया बनया हुआ पोटी सुसू का एक डॉगी करता है खाने तो बाद पोटी सुसू दूजा देखता उन्होंने तीजा देखता एक रिहैबिलिटेशन सेंटर बनया हुआ साडा ये डॉग एक दूजे को देख के सीखते हैं इतने 10 दिनों के सीखते हैं तो मुड़ के सारी उम्र एन वधिया रहिंदे ने ਸਾਨੂੰ ਜ਼ਿਆਦਾ ਸਿਖਾਉਣ ਦੀ ਜ਼ਰੂਰਤ ਨਹੀਂ ਪੈਂਦੀ ਹੈ ਤੇ ਫਿਰ ਤੁਸੀਂ ਵੇਟ ਰਿਡਿਊਸ ਕਰਵਾਉਣੇ ਹੋ ਜਿਹੜਾ ਤੁਸੀਂ ਫਰਿੰਜ ਨੂੰ ਭੁੱਖੇ ਰੱਖਦੇ ਹੋ ਨਹੀਂ ਜੀ ਇਹਦੇ ਨਾਲ ਭੁੱਖੇ ਰੱਖ ਕੇ ਕਦੀ ਬੋਡੀ ਵੇਟ ਰਿਡਿਊਸ ਨਹੀਂ ਹੁੰਦਾ ਜੀ ਡੌਗ ਨੂੰ ਐਕਸਰਸਾਈਜ਼ ਕਰਾਉਣੀ ਪੈਂਦੀ ਹੈ ਕਿੰਨੇ ਤਾਂ ਟ੍ਰੈਡਮਿਲ ਤੇ ਚੜ ਜਾਂਦੇ ਨੇ ਹੁਣ ਇਹ ਬਘਿਆੜ ਵਰਗਾ ਕੁੱਤਾ ਜਾਂ ਵੱਡਾ ਡੌਗ ਤੁਸੀਂ ਇਹਨਾਂ ਲਈ ਵੀ ਟ੍ਰੈਡਮਿਲ ਰੱਖਿਆ ਹੋਇਆ ਹੈ ਹਾਂਜੀ ਹਾਂਜੀ 2 ਲੱਖ ਰੁਪਏ ਵਾਲਾ ਸਾਨੇ ਸਪੈਸ਼ਲ ਇਸ ਦੇ ਜਿਹੜਾ ਪ੍ਰੋਫੈਸ਼ਨਲ ਟ੍ਰੈਡਮਿਲ ਹੈਗਾ ਜਿਮ ਦੇ ਵਿੱਚ ਯੂਜ਼ ਹੁੰਦਾ ਸੀ ਉਹ ਟ੍ਰੈਡਮਿਲ ਰੱਖਿਆ ਹੋਇਆ ਅੱਛਾ ਯਾਨੀ ਡੌਗ ਜਿਹੜੀ ਜਿਮ ਬਣਾਤੀ ਹੈ ਹਾਂਜੀ 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 ਐਕਸਰਸਾਈਜ਼ ਕਿਉਂਕਿ ਸਾਰੇ ਡੌਗ ਨੂੰ ਅਸੀਂ ਮੈਨੂਅਲੀ ਨਹੀਂ ਕਰਾ ਸਕਦੇ 40-50 ਡੌਗ ਦੇ ਨਾਲ ਅਸੀਂ ਭੱਜੀਏ ਤਾਂ ਸਾਡੀਆਂ ਵੀ ਜੱਬਾਂ ਅੰਦਰ ਹੋ ਜਾਣ ਅਸੀਂ ਤਾਂ ਬਿਲਕੁਲ ਜੀ ਬਿਲਕੁਲ ਉਹੀ ਚੀਜ਼ ਮੈਂ ਤੁਹਾਡੇ ਤੋਂ ਪੁੱਛ ਰਹੀ ਸੀ ਵੀ ਇਹ ਤਾਂ ਨਹੀਂ ਵੇਟ ਰਿਡਿਊਸ ਕਰਵਾਉਣੇ ਆ ਤਾਂ ਤੁਸੀਂ ਕਿੰਨੇ ਨੂੰ ਭੁੱਖੇ ਰੱਖਦੇ ਹੋ ਨਾ ਜੀ ਨਾ ਖਾਣਾ ਕੰਟਰੋਲ ਵਧੀਆ ਹਾਈ ਪ੍ਰੋਟੀਨ ਵਿਟਾਮਿਨਸ ਫੈਟ ਇਹ ਅਸੀਂ ਦਿੰਨੇ ਆ ਤੇ ਨਾਲ ਨਾਲ ਅਸੀਂ ਜਿਹੜੀ ਹੈਗੀ ਆ ਟ੍ਰੈਡਮਿਲ ਦੇ ਉੱਪਰ ਐਕਸਰਸਾਈਜ਼ ਕਰਵਾਉਂਦੇ ਆ ਹੁਣ ਸਿੱਖ ਜਾਂਦੇ ਆ ਹਾਂਜੀ ਹਾਂਜੀ ਬਹੁਤ ਵਧੀਆ ਤੁਹਾਨੂੰ ਦਿਖਾਵਾਂਗੇ ਟ੍ਰੈਡਮਿਲ ਤੇ ਕਰਾ ਕੇ ਅਸੀਂ ਇਹ ਬੜਾ ਡੌਗ ਹੈ ਇਹ ਟ੍ਰੈਡਮਿਲ ਤੇ ਚੜਾਇਆ ਤਾਂ ਵੱਡੂਗਾ ਇਹ ਜਿਹੜੇ ਛੋਟੇ ਡੌਗ ਹੈ ਜਾਂ ਜਿਹੜੇ ਨਾਰਮਲ ਡੌਗ ਨੇ ਉਹ ਚੜ ਜਾਂਦੇ ਨੇ ਇਹਨਾਂ ਨੂੰ ਅਸੀਂ ਫਿਰ ਜੋਗਿੰਗ ਕਰਾਉਂਦੇ ਆ ਫਿਰ ਜੋਗਿੰਗ ਕਰਾ ਕੇ ਨਾਲ ਜੋਗਿੰਗ ਕਰਾਉਣੀ ਪੈਂਦੀ ਆ ਤਦੀ ਤਾਂ 42 ਸਾਲ ਦਾ ਫਿੱਟ ਪਿਆ ਜੀ ਭੱਜਦੇ ਡੌਗਸ ਦੇ ਨਾਲ ਤੇ ਮੇਰੀ ਟੀਮ ਵੀ ਸਾਰੇ ਫਿੱਟ ਨੇ ਪਤਲੇ ਪਤਲੇ ਨੇ ਸਾਰੇ ਮੇਰੀ ਟੀਮ ਦੇ ਵਿੱਚ ਜਿੰਨੇ ਵੀ ਮੇਰੇ ਸਟਾਫ ਮੈਂਬਰ ਆ ਸਾਰੇ ਤੁਹਾਨੂੰ ਪਤਲੇ ਮਿਲਣਗੇ ਤੇ ਗੱਲ ਕਰੀਏ ਇਹਨਾਂ ਨੂੰ ਫੂਡ ਦੇਣ ਦੀ ਹਾਂਜੀ ਹਾਂਜੀ ਤੇ ਹੁਣ ਕਈ ਘਰਾਂ ਦੇ ਵਿੱਚ ਆਮ ਹੀ ਹੁੰਦਾ ਬੱਚਿਆਂ ਨੇ ਕੁਝ ਕਰਦਾ ਨਾਲ ਹੀ ਬਿਸਕਟ ਆ ਉਹ ਵੀ ਡੌਗਸ ਨੂੰ ਪਾਤਾ ਕਿੰਨੇ ਵਾਰ ਮੀਲ ਇਹਨਾਂ ਨੂੰ ਦੇਣਾ ਚਾਹੀਦਾ ਦੇਖੋ ਜੀ ਗਲਤ ਗੱਲ ਹੈ ਕਿਉਂਕਿ ਫੇਰ ਉੱਥੇ ਹੀ ਘੁੰਮ ਕੇ ਆ ਰਿਹਾ ਮੈਂ ਕਿ ਜਿੰਨੀ ਵਾਰ ਤੁਸੀਂ ਖਾਂਦੇ ਹੋ ਉਨੀ ਵਾਰ ਕੁੱਤੇ ਨੂੰ ਪਾਉਂਦੇ ਹੋ ਤੇ ਜੋ ਖਾ ਰਹੇ ਹੋ ਉਹ ਨਾਲ ਨਾਲ ਪਾਈ ਜਾਂਦੇ ਗਲਤ ਗੱਲ ਹੈਗੀ ਆ ਅਸੀਂ ਉਹਦੀ ਆਦਤ ਖਰਾਬ ਕਰ ਰਹੇ ਹਾਂ ਡੌਗ ਦੀ ਉਹਦੇ ਵਿੱਚ ਫਿਰ ਉਹਦੇ ਮੂੰਹ ਦੇ ਵਿੱਚੋਂ ਸਲਾਈਵਾ ਨਿਕਲੀ ਜਾਂਦਾ ਸੀ ਰੋਟੀ ਖਾਂਦੇ ਹਾਂ ਉਹ ਦੇਖਦਾ ਕਿ ਸਾਨੂੰ ਵੀ ਦੇਣਗੇ ਰੋਟੀ ਇਹ ਗਲਤ ਗੱਲ ਹੈ ਜਿਹੜਾ ਬੱਚਾ ਆ ਛੋਟਾ ਪਪੀ ਹੈ ਪਪੀ ਨੂੰ ਤੁਸੀਂ 3-4 ਵਾਰ ਫੂਡ ਦੇ ਸਕਦੇ ਹੋ ਥੋੜ੍ਹਾ 3-3-4-4 ਘੰਟੇ ਦੀ ਸਪੇਸ ਜਿਹੜਾ ਬੜਾ ਅਡਲਟ ਡੌਗ ਹੋ ਗਿਆ ਉਹਨੂੰ ਤੁਸੀਂ 2 ਟਾਈਮ ਖਾਣਾ ਦੇ ਸਕਦੇ ਹੋ 1 ਟਾਈਮ ਖਾਣੇ ਦੇ ਵੀ ਰੱਖ ਸਕਦੇ ਹੋ ਪਰ ਉਹਦੇ ਵਿੱਚ ਤੁਹਾਨੂੰ ਰਿਚ ਪ੍ਰੋਟੀਨ ਰਿਚ ਫੈਟ ਰਿਚ ਵਿਟਾਮਿਨਸ ਹੋਣੇ ਚਾਹੀਦੇ ਨੇ ਮਤਲਬ ਵਧੀਆ ਬੈਲੈਂਸ ਦੇ ਵਿੱਚ ਤਾਂ ਇਹ ਵੀ ਟ੍ਰੈਂਡ ਆ ਜੋ ਚੀਜ਼ ਆਪ ਖਾਂਦੇ ਆ ਉਹ ਡੌਗ ਨੂੰ ਹਰ ਇੱਕ ਚੀਜ਼ ਟੇਸਟ ਕਰਾਉਂਦੇ ਈਵਨ ਤੱਕ ਸਬਜ਼ੀ ਵੀ ਪਾ ਦੇਣੀ ਉਹਨਾਂ ਨੇ ਕੁਝ ਹੋਰ ਵੀ ਪਾ ਦੇਣਾ ਤੇ ਡੌਗਸ ਲਈ ਇਹ ਜਿਵੇਂ ਮਿੱਠਾ ਤੇ ਨਮਕ ਮਿਰਚ ਮਤਲਬ ਦੇਣਾ ਜ਼ਰੂਰੀ ਹੁੰਦਾ ਹੈ ਬਿਲਕੁਲ ਗਲਤ ਹੈ ਜੀ ਡੌਗ ਦੇ ਪਹਿਲਾਂ ਤਾਂ ਜਿਹੜਾ ਨਮਕ ਹੈ
ਅਤੇ ਕੀ ਹੈ ਸਾਡੇ ਘਰ ਦਾ ਮਸਾਲੇ ਇਹ ਪਚਦੇ ਨਹੀਂ ਹੈਗੇ ਇਹ ਬਿਮਾਰ ਹੋ ਜਾਂਦੇ ਨੇ ਤੇਜ਼ਾਬੀ ਉਲਟੀਆਂ ਮਾਰਨੀਆਂ ਸਟਾਰਟ ਕਰ ਦਿੰਦੇ ਨੇ ਅਤੇ ਇਹਨਾਂ ਦੇ ਲੀਵਰ ਕਿਡਨੀਆਂ ਦੇ ਉੱਪਰ ਵੀ ਇਫੈਕਟ ਪੈਂਦਾ ਆ ਇਹਨਾਂ ਨੂੰ ਦੇਵੋ ਜਿਹੜਾ ਹੈਗਾ ਆ ਸਾਦਾ ਭੋਜਨ ਜਿੱਦਾਂ ਕਿ ਉਬਲੇ ਹੋਏ ਚਾਵਲ ਉਬਲਿਆ ਹੋਇਆ ਦਲੀਆ ਉਬਲੇ ਹੋਏ ਅੰਡੇ ਉਬਲਿਆ ਹੋਇਆ ਮੀਟ ਠੀਕ ਹੈ ਜੀ ਇੱਦਾਂ ਦੀਆਂ ਚੀਜ਼ਾਂ ਦੇਵੋ ਨਾ ਕਿ ਤਲੀਆਂ ਹੋਈਆਂ ਫਰਾਈਡ ਜਾਂ ਫਿਰ ਘਰ ਦੇ ਵਿੱਚ ਇੱਕ ਦੇਖਿਆ ਬੱਚੇ ਮੈਨੇ ਕਿੰਨੇ ਆਉਂਦੇ ਨੇ ਸਾਡੇ ਕੋਲ ਚੋਕਲੇਟ ਨਾਲ ਲੈ ਕੇ ਆਉਂਦੇ ਨੇ ਡੋਗਸ ਨੂੰ ਪਾਉਂਦੇ ਆ ਚੋਕਲੇਟ ਬਿਲਕੁਲ ਜ਼ਹਿਰ ਹੈ ਡੋਗ ਦੇ ਲਈ ਚੋਕਲੇਟ ਬਿਲਕੁਲ ਨਹੀਂ ਪਾਉਣਾ ਹੈਗਾ ਆ ਠੀਕ ਹੈ ਜੀ ਚੋਕਲੇਟ ਇੱਕ ਤਰ੍ਹਾਂ ਦਾ ਜ਼ਹਿਰ ਹੈ ਯਾਨੀ ਕਿ ਮਿੱਠਾ ਨਮਕੀਨ ਇਹ ਇਹਨਾਂ ਨੂੰ ਟੇਸਟ ਆਪਾਂ ਦਿਖਾਣਾ ਹੀ ਨਹੀਂ ਹੈਗਾ ਨਹੀਂ ਜੀ ਨਹੀਂ ਨਹੀਂ ਹਾਂ ਕਦੀ ਹੋਇਆ ਠੀਕ ਹੈ ਵੀ ਕਦੀ ਕਦੀ ਦਿਲ ਕਰਦਾ ਹੈ ਕਿ ਬੱਚੇ ਨੂੰ ਪਾਉਣਾ ਆ ਤਾਂ ਮਿੱਠੇ ਬਿਸਕਿਟ ਪਾ ਸਕਦੇ ਹੋ ਕਦੀ ਕਦੀ ਆਈਸਕ੍ਰੀਮ ਵੀ ਦੇ ਸਕਦੇ ਹੋ ਜੇ ਗਰਮੀ ਹੈ ਜ਼ਿਆਦਾ ਪਰ ਇੰਨਾ ਇਹ ਨਹੀਂ ਕਿ ਕੰਟੀਨਿਊ ਮਿੱਠਾ ਨਹੀਂ ਦੇਣਾ ਹੈਗਾ ਗਲਤ ਹੈ ਇਹਨਾਂ ਲਈ ਤੇ ਜਿੱਦਾਂ ਮਿੱਠੇ ਨਾਲ ਤਾਂ ਕੁੱਤਿਆਂ ਦੇ ਹਨਾ ਖਾਜ ਵਗੈਰਾ ਵੀ ਪੈ ਜਾਂਦੀ ਹੈ ਵੀਰ ਜੀ ਹਾਂਜੀ ਨਹੀਂ ਖਾਸ ਤਾਂ ਨਹੀਂ ਪੈਂਦੀ ਜੀ ਮਤਲਬ ਜ਼ਿਆਦਾ ਐਕਸੈਸ ਮਾਤਰਾ ਦੇ ਵਿੱਚ ਕੋਈ ਵੀ ਚੀਜ਼ ਦਿੱਤੀ ਹੋਈ ਹਾਰਮਫੁਲੀ ਹੁੰਦੀ ਆ ਚਾਹੇ ਉਹ ਮਿੱਠਾ ਹੈ ਚਾਹੇ ਨਮਕੀਨ ਹੈ ਚਾਹੇ ਮਸਾਲੇ ਹੈ ਇਹਨਾਂ ਨੂੰ ਇੱਕ ਨਾ ਬੈਲੈਂਸਡ ਡਾਈਟ ਚਾਹੀਦੀ ਹੁੰਦੀ ਹੈ ਜਿਹਦੇ ਵਿੱਚ ਜ਼ਿਆਦਾ ਨਮਕ ਨਾ ਹੋਵੇ ਮਿਰਚਾਂ ਮਸਾਲੇ ਨਾ ਹੋਣ ਤਲੀ ਹੋਈ ਚੀਜ਼ ਨਾ ਹੋਵੇ ਉਦਾਂ ਦੀ ਆਪਾਂ ਦੇ ਸਕਦੇ ਹਾਂ ਤੇ ਜਿੱਦਾਂ ਬਾਲ ਝੜਨੇ ਸ਼ੁਰੂ ਹੋ ਜਾਂਦੇ ਉਹ ਵੀ ਕੋਈ ਇਹਨਾਂ ਦੇ ਫੂਡ ਦੀ ਪ੍ਰੋਬਲਮ ਹੁੰਦੀ ਹੈ ਹਾਂਜੀ ਦੇਖੋ ਜੀ ਇੱਕ ਤਾਂ ਸੀਜ਼ਨਲੀ ਹੁੰਦੀ ਹੈ ਜਦ ਮੌਸਮ ਚੇਂਜ ਹੁੰਦਾ ਜਦ ਬਾਲ ਉਤਰਦੇ ਨੇ ਜਾਨਵਰ ਦੇ ਬਟ ਜੇ ਐਕਸੈਸ ਮਾਤਰਾ ਦੇ ਵਿੱਚ ਉਤਰਨੇ ਤੇ ਉੱਥੇ ਉਹਨੂੰ ਇਹ ਸਮਝ ਲਓ ਕਿ ਨਿਊਟ੍ਰੀਸ਼ਨ ਦੀ ਘਾਟ ਹੈ ਜਾਨਵਰ ਦੇ ਵਿੱਚ ਉਹਦੇ ਅੰਦਰ ਨਿਊਟ੍ਰੀਸ਼ਨ ਦੀ ਘਾਟ ਹੈ ਮਿਨਰਲਸ ਵਿਟਾਮਿਨਸ ਕੈਲਸ਼ੀਅਮ ਦੀ ਘਾਟ ਹੈ ਤੇ ਫੈਟੀ ਜਿਹੜੇ ਐਸਿਡਸ ਨੇ ਉਹਦੀ ਘਾਟ ਹੈ ਤਾਂ ਬਾਲ ਡੈਮੇਜ ਹੋ ਕੇ ਉਤਰਨੇ ਸਟਾਰਟ ਹੋ ਜਾਂਦੇ ਫਿਰ ਉਹਦੇ ਲਈ ਡਾਕਟਰ ਨੂੰ ਦਿਖਾਉਣਾ ਪੈਂਦਾ ਨਾ 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 ਡਾਕਟਰ ਨੂੰ ਦੇ ਜ਼ਰੂਰਤ ਹੀ ਨਹੀਂ ਹੈਗੀ ਦੇਸੀ ਘੀ ਪਿਓਰ ਦੇਸੀ ਘੀ ਇੱਕ ਚਮਚਾ ਡੇਲੀ ਤੁਸੀਂ ਪਾ ਸਕਦੇ ਹੋ ਮੱਛੀ ਦਾ ਤੇਲ ਜਿਹੜਾ ਹੈਗਾ ਜਿਹਨੂੰ ਆਪਾਂ ਕਹਿ ਸਕਦੇ ਹਾਂ ਫਿਸ਼ ਸੈਲਮਨ ਫਿਸ਼ ਆਇਲ ਉਹ ਪਾ ਸਕਦੇ ਹੋ ਚਰਬੀ ਪਾ ਸਕਦੇ ਹੋ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਫੈਟੀ ਹੈ ਉਹਦੇ ਨਾਲ ਕੰਟਰੋਲ ਮੈਂ ਕਹਿੰਦਾ ਜੀ ਚਿਕਨੇ ਬਾਲ ਹੋ ਜਾਣਗੇ ਆ ਵਧੀਆ ਫਸਟ ਕਲਾਸ ਘੱਟੋ ਘੱਟ 25 ਤੋਂ 30 ਦਿਨ ਲੱਗਦੇ ਨੇ ਉਹਨਾਂ ਨੂੰ ਮਜ਼ਬੂਤ ਕਰਨ ਵਾਸਤੇ ਆਪਣੀ ਜੜ ਕੀੜੇ ਵਗੈਰਾ ਵੀ ਪੈ ਜਾਂਦੇ ਆ ਉਹਦਾ ਵੀ ਕੋਈ ਹੱਲ ਹੁੰਦਾ ਹੋਣਾ ਜਾਂ ਜਿਹੜੇ ਪੇਟ 'ਚ ਕੀੜੇ ਪੈ ਜਾਂਦੇ ਆ ਜੀ ਪੇਟ 'ਚ ਨਹੀਂ ਜੀ ਕਈ ਵਾਰ ਜਿੱਦਾਂ ਜ਼ਖਮ ਹੋ ਜਾਂਦੇ ਹਾਂਜੀ ਹਾਂਜੀ ਬਹੁਤ ਵਧੀਆ ਗੱਲ ਕੀਤੀ ਹੈ ਭੈਣ ਜੀ ਨੇ ਜਿੱਦਾਂ ਕਿ ਹੁਣ ਇਸ ਟਾਈਮ ਨਾ ਸੀਜ਼ਨ ਚੱਲ ਰਿਹਾ ਬਰਸਾਤੀ ਸੀਜ਼ਨ ਚੱਲ ਰਿਹਾ ਉਮਸ ਵਾਲਾ ਇਹਦੇ ਵਿੱਚ ਨਾ ਜਦ ਵੀ ਕੋਈ ਜਾਨਵਰ ਖਾਜ ਕਰਦਾ ਉਹਦੇ ਇੱਕ ਸਕ੍ਰੈਚ ਪੈ ਜਾਂਦਾ ਹੈ ਜਾਂ ਕੋਈ ਸੱਟ ਲੱਗ ਜਾਂਦੀ ਹੈ ਮੱਖੀ ਆਉਂਦੀ ਹੈ ਜਿਹੜੀ ਘਰ ਘਰੇਲੂ ਮੱਖੀ ਆ ਉਹ ਆ ਕੇ ਉਹਦੇ ਉੱਪਰ ਉਹਦੀ ਸਮੈਲ ਦੇ ਉੱਪਰ ਆ ਕੇ ਉਹ ਉਸ ਜ਼ਖਮ ਦੇ ਉੱਪਰ ਅੰਡੇ ਦੇ ਦਿੰਦੀ ਆ ਅੰਡੇ ਤੋਂ ਬਾਅਦ ਮੈਗਟਸ ਬਣ ਜਾਂਦੇ ਆ ਕੀੜੇ ਸੁੰਡ ਅਤੇ ਉਹ ਇੱਕ ਉਹਦੇ ਵਿੱਚ ਜਿਹੜੀ ਉਹ ਆਪਣੀ ਪੋਟੀ ਵੀ ਕਰੀ ਜਾਂਦੇ ਆ ਕੀੜੇ ਉਹ ਫਿਰ ਉਹਦੇ ਨਾਲ ਨਾ ਉਹਦੇ ਜ਼ਖਮ ਜਿਹੜਾ ਹੈਗਾ ਆ ਉਹ ਖਰਾਬ ਹੋ ਜਾਂਦਾ ਆ ਔਰ ਉਸ 'ਚ ਪੀਕ ਪੈ ਜਾਂਦੀ ਆ ਆਪਾਂ ਉਹਦੇ ਲਈ ਹਲਦੀ ਵੀ ਲਗਾ ਸਕਦੇ ਹਾਂ ਹਲਦੀ ਦੇ ਵਿੱਚ ਤੇਲ ਲਗਾ ਕੇ ਉਹਦੇ ਵਿੱਚ ਪਾ ਸਕਦੇ ਹਾਂ ਜਾਂ ਫਿਰ ਆਪਾਂ ਡੈਟੋਲ ਨਾਲ ਸਾਫ਼ ਕਰ ਸਕਦੇ ਹਾਂ ਅਤੇ ਕਿੰਨੀ ਤਰ੍ਹਾਂ ਦੇ ਪ੍ਰੋਡਕਟਸ ਵੀ ਆਉਂਦੇ ਨੇ ਜਿਹੜੇ ਉਹ ਸਪਰੇਅ ਵਾਲੇ ਹੁੰਦੇ ਆ ਉਹ ਵੀ ਮਾਰ ਸਕਦੇ ਆ ਜ਼ਖਮ ਜਲਦੀ ਹੀਲ ਹੋ ਜਾਂਦਾ ਬਿਲਕੁਲ ਜੀ ਬਿਲਕੁਲ ਸਰੋਂ ਦਾ ਤੇਲ ਅਤੇ ਹਲਦੀ ਵੀ ਬਹੁਤ ਵਧੀਆ ਕੰਮ ਕਰਦੇ ਆ ਜਿੱਦਾਂ ਵੀਰ ਜੀ ਡੋਗਸ ਦੀ ਗੱਲ ਕਰੀਏ ਹੁਣ ਕਈ ਜ਼ਿਆਦਾ ਏਜ ਦੇ ਆ ਕਈ ਘੱਟ ਏਜ ਦੇ ਆ ਫਿਰ ਇਹਨਾਂ ਦੀ ਟ੍ਰੇਨਿੰਗ ਦਾ ਟਾਈਮ ਪੀਰੀਅਡ ਵੀ ਅਲੱਗ ਅਲੱਗ ਹੁੰਦਾ ਹੈ ਜੀ ਦੇਖੋ ਆਪਾਂ 4 ਮਹੀਨੇ ਦੇ ਬੱਚੇ ਨੂੰ ਲਿੰਨੇ ਆ ਟ੍ਰੇਨਿੰਗ ਵਾਸਤੇ ਬਟ ਦੋਸਤੋ ਇਹ ਨਾ ਸੋਚਿਓ ਕਿ ਜੇ ਤੁਹਾਡੇ ਡੋਗ ਵੱਡੇ ਹੋ ਗਏ ਉਹ ਟ੍ਰੇਨ ਨਹੀਂ ਹੋਣਗੇ ਆ ਠੀਕ ਹੈ ਜੀ ਇਹ 2 ਸਾਲ ਦਾ ਡੋਗ ਹੈ ਟ੍ਰੇਨਿੰਗ ਵਾਸਤੇ ਆਇਆ ਵੱਢਦਾ ਪਰ ਅਸੀਂ ਵੱਢਣ ਵਾਲੇ ਡੋਗ ਨਹੀਂ ਲਿੰਦੇ ਅਗਰ ਤੁਹਾਡਾ ਡੋਗ ਵੱਢਦਾ ਨਹੀਂ ਹੈ ਬਦਤਮੀਜ਼ੀਆਂ ਕਰਦਾ ਕੋਈ ਗਲਤ ਆਦਤਾਂ ਪਈਆਂ ਹੋਈਆਂ ਤੁਸੀਂ ਉਹਦੇ ਛੱਡ ਕੇ ਜਾ ਸਕਦੇ ਹੋ ਬਿਨਾਂ ਮਾਰੇ ਟ੍ਰੇਨ ਕਰਦੇ ਆ ਔਰ 10 ਦਿਨਾਂ ਦੇ ਵਿੱਚ ਤੁਹਾਡੇ ਡੌਗ ਨੂੰ ਹੈਂਡਓਵਰ ਕਰ ਦਾਂਗੇ ਚਾਹੇ 10 ਦਿਨਾਂ 'ਚ ਤੁਸੀਂ ਇਹਨਾਂ ਨਹੀਂ ਆਦਤਾਂ ਕਿਵੇਂ ਚੇਂਜ ਕਰ ਦੋਗੇ ਜਿਹੜੇ 2-2 ਸਾਲ ਦੀਆਂ ਸਿੱਖੀਆਂ ਹੋਈਆਂ ਨੇ ਇਹ ਜਦ ਸਾਡੇ ਕੋਲ ਜਾਨਵਰ ਬਹੁਤ ਜ਼ਿਆਦਾ ਫਾਸਟ ਲਰਨਰ ਹੁੰਦਾ ਜੀ ਇਹਨਾਂ ਦਾ ਦਿਮਾਗ ਬਹੁਤ ਤੇਜ਼ ਹੁੰਦਾ ਆ ਬਟ ਅਸੀਂ ਰੈਪੀਟੇਸ਼ਨਸ ਕਰੀ ਜਾਂਦੇ ਆ ਘਰਾਂ ਦੇ ਵਿੱਚ ਜੋ ਅਕਸਰ ਅਸੀਂ ਕਰਦੇ ਆ ਰਹੇ ਹਾਂ ਇਸ ਕਰਕੇ ਉਹਨਾਂ ਦਾ ਦਿਮਾਗ ਉਦੋਂ ਹੀ ਸੈਂਟਰ 'ਚ ਰਹਿੰਦਾ ਆ ਜੇ ਸਾਡੇ ਕੋਲ ਛੱਡ ਕੇ ਜਾਂਦੇ ਉਹ ਰੀਹੈਬਿਲਟੇਸ਼ਨ ਸੈਂਟਰ ਹੈ ਇੱਕ ਤਰ੍ਹਾਂ ਦਾ ਦੂਜੇ ਡੌਗ ਨੂੰ ਦੇਖ ਕੇ ਡੌਗ ਸਿੱਖਦਾ ਬੜਾ ਜਲਦੀ ਤੇ ਕੁਝ ਸਾਡੀਆਂ ਐਫਰਟਸ ਹੁੰਦੀਆਂ ਉਹ ਜਲਦੀ ਸਿੱਖ ਜਾਂਦਾ ਹੈ 10 ਦਿਨਾਂ ਦੇ ਵਿੱਚ ਅਸੀਂ ਦੇ ਸਕਦੇ ਹਾਂ ਬੜੇ ਤੋਂ ਬੜਾ ਜਿੰਨੀ ਮਰਜ਼ੀ ਉਮਰ ਦਾ ਡੌਗ ਹੈ ਸਿਰਫ ਵੱਢਦਾ ਨਾ ਹੋਵੇ ਡੌਗ ਤੇ ਇੱਕ ਗੱਲ ਵੀਰ ਜੀ ਮੈਨੂੰ ਹੋਰ ਦੱਸੋ ਸਾਡੇ ਆਮ ਘਰਾਂ 'ਚ ਅਸੀਂ ਨਾ ਡੌਗਸ ਨੂੰ ਲੇਜੀ ਬਣਾ ਚੁੱਕੇ ਹਾਂ ਜੇਕਰ ਇਹ ਕੂਲਰ ਲੱਗਿਆ ਕੂਲਰ ਅੱਗੇ ਜੇ ਏਸੀ ਲੱਗਿਆ ਤਾਂ ਏਸੀ ਵਾਲੇ ਰੂਮ 'ਚ ਡੌਗ ਪੈ ਰਹਿੰਦੇ ਆਰਾਮ ਨਾਲ ਲੇਜੀ ਹੋ ਕੇ ਪੈ ਰਹਿੰਦੇ ਆ ਤੇ ਉਹ ਚੀਜ਼ ਦੀ ਵੀ ਪ੍ਰੋਬਲਮ ਆਉਂਦੀ ਹੈ ਹੁਣ ਫਿਰ ਤੁਸੀਂ ਇੱਥੇ ਕੀ ਫੈਸਿਲਿਟੀ ਦੇ ਰਹੇ ਹੋ ਕਿ ਇਹਨਾਂ ਨੂੰ ਏਸੀ ਕੂਲਰ ਅੱਗੇ ਬਿਠਾਉਣਾ ਜ਼ਰੂਰੀ ਆ ਦੇਖੋ ਜੀ ਡੌਗਸ ਦੀ ਨਾ ਜਿਹੜਾ ਟੈਂਪਰੇਚਰ ਹੈ ਹਿਊਮਨ ਬੀਇੰਗ ਨਾਲੋਂ ਜ਼ਿਆਦਾ ਉਹਨੂੰ ਗਰਮੀ ਲੱਗਦੀ ਹੈ ਕੁੱਤੇ ਨੂੰ ਤਾਂ ਅਸੀਂ 2 ਏਸੀ ਲਗਾਏ ਹੋਏ ਹਾਂ ਨੀਚੇ ਸਾਡਾ 5-star ਹੋਸਟਲ ਹੈ ਜੀ ਅਤੇ ਇੱਕਦਮ ਹਾਈਜੀਨ ਹੈ ਸਾਡੇ ਕੋਲ ਅੰਦਰ ਟ੍ਰੈਡਮਿਲ ਪਿਆ ਆ ਪੋਟੀ ਸੁਸੂ ਦਾ ਸਿਸਟਮ ਵੀ ਅੰਦਰ ਹੀ ਬਣਿਆ ਹੋਇਆ ਪੂਰੀ ਵੈਂਟੀਲੇਸ਼ਨ ਹੈਗੀ ਆ ਰਾਤ ਨੂੰ ਵੀ ਉੱਥੇ ਇੱਕ ਸਾਡੇ ਕੋਲ ਇੱਕ ਬੰਦਾ ਹੁੰਦਾ ਆ ਜਿਹੜਾ ਉਹ ਜਾਨਵਰਾਂ ਦੀ ਕੇਅਰ ਟੇਕਿੰਗ ਕਰਦਾ ਹੈ ਪੂਰੀ ਰਾਤ ਉਹਨਾਂ ਕੋਲ ਰਹਿੰਦਾ ਆ ਅਤੇ ਉੱਥੇ ਜਿੱਦਾਂ ਤੁਸੀਂ ਗੱਲ ਕਰ ਰਹੇ ਹੋ ਕਿ ਏਸੀ ਦੀ ਜ਼ਰੂਰਤ ਹੁੰਦੀ ਆ ਹਾਂਜੀ ਜ਼ਰੂਰਤ ਹੁੰਦੀ ਆ ਜਦ ਗਰਮੀ 'ਚ ਅਸੀਂ ਏਸੀ 'ਚ ਰਹਿੰਦੇ ਹਾਂ ਸਾਡੇ ਨੂੰ ਜ਼ਿਆਦਾ ਗਰਮੀ ਮੰਨਦੇ ਨੇ ਡੌਗ ਤਾਂ ਇਹਨਾਂ ਨੂੰ ਵੀ ਏਸੀ ਦੀ ਜ਼ਰੂਰਤ ਹੁੰਦੀ ਆ ਸਾਡੇ ਕੋਲ ਪੱਖੇ ਹੈ ਏਸੀ ਲੱਗੇ ਹੋਏ ਆ ਪੂਰਾ
तो साढ़े को वधिया डॉक्टर है डॉक्टर एम पी सिंह है तो इदा के डॉक्टर्स है जेडे साढ़े कंटिन्यू असं उन्होंने चैकअप कराने रहने हैं तो उन्होंने फोन करके दस दें कि टैंपरेचर होया जी रोटी खानी छड़ी सी असी मेडिसिन देती है हूँ शुरू हो गया रोटी खाना बस सिंपल जी गल एक भीर जी डॉग ब्रीडिंग ज्यादातर भीर पालते हैं है ना कि असं अपना बिजनेस करना पर बिजनेस के फेल हो जाते हैं कारण की रहा ज़्यादा तेजी नाल चलन वाला जी हमेशा टोए दे विच गिर जाता है उन्होंने ये लगता है कि बस साने दो फीमेल्स रख लिया तो पता नहीं हुण साडे कोल लखां रुपए के बच्चे हो जाएंगे तो असीं बेच के लखपति हो जाएंगे इदा नहीं है जी हर चीज़ में एक टाइम लगता है है ना जी हर एक चीज़ में टाइम देना पैंदा है जदों उहदे पूरी तरह उन्होंने सिखिया जाता है उस काम में बच्चे किवें लैने आ किवें उन्होंने मोटे करके गोल मोल करके असीं सेल करने हैं किद्दां मार्केट च उतारने हैं जब ये चीज़ा सीख जाने हैं जी फिर मुड़ के सेल होने लग जाते हैं कितने दिन दे बच्चे नू सेल करना चाहिए जे किसी ने लेना तो की देखना चाहिए बच्चे च भी कितने दिन दा बहुत ही अच्छी तुसी गल कही है जी ये क्वेश्चन तुहाडा बहुत ही अच्छा है ये ना घट्टो घट नहीं है ना लोग बच्चे छोटे छोटे ले आते हैं तो फिर वो इम्यून सिस्टम डिवेलप नहीं होंगे मर जाते हैं घट्टो घट नहीं है सानू जे बच्चा असीं खरीदना चाहते हैं जी किसी भी ब्रीड का तो घट्टो घट नहीं वो 40 तो 50 55 60 दिन का बच्चा होना चाहिए आ उहदे विच इम्यून सिस्टम तगड़ा हुंदा है पर असीं अगर किसी नूं कहिंदे ने 60 दिनां दा बच्चा लईओ कहिंदे लै 60 दिनां दा 2 महीने दा हो जाऊ उहदे दंद आ जाणगे साडे बच्चे नूं वड्डूगा हमेशा जद भी आंदे ने शॉप ते मेरी पेट शॉप भी आ सानूं तां जी बच्चा चाहिदा छोटा 1 महीने दा दुद्ध चुंगदा बच्चा चाहिदा आ असीं उहनां नूं समझाने आ पर लोग नहीं मन्नदे जे लैके आना 50 तो 60 दिनां दा बच्चा लैके आओ घट्टो घट्ट घट्टो घट्ट हाँ जी तां कि उह वधिया सेहत पक्खों वी तंदरुस्त हो सेहत पक्खों वी तगड़ा होवे ते हार्ड फूड भी खाणा स्टार्ट कर दिंदा ਤੇ ਵੀਰ ਜੀ ਜੇ ਕਿਸੇ ਨੇ ਇੱਥੇ ਆਪਣੇ ਡੌਗ ਨੂੰ ਛੱਡਣਾ ਹੋਵੇ ਟ੍ਰੇਨਿੰਗ ਲਈ ਜਾਂ ਹੌਸਲ ਲਈ ਤਾਂ ਫਿਰ ਸੁਵਿਧਾ ਹੈਗੀ ਆ ਤੁਹਾਡੇ ਕੋਲ ਦੇਖੋ ਜੀ ਕਿਸੇ ਨੇ ਵੀ ਟ੍ਰੇਨਿੰਗ ਕਰਵਾਉਣੀ ਆ ਸਾਡੇ ਕੋਲ 5 ਸਟਾਰ ਹੌਸਟਲ ਹੈ ਸਾਡੇ ਕੋਲ ਬਹੁਤ ਵੱਡੀ ਟੀਮ ਹੈਗੀ ਆ ਡੌਗ ਟ੍ਰੇਨਰਾਂ ਦੀ ਟ੍ਰੇਨ ਕਰਦੇ ਆ ਅਸੀਂ ਤੇ ਉੱਥੇ ਮੇਰੇ ਹੀ ਸਿਖਾਏ ਹੋਏ ਦੋ ਇਹ ਜਿਹੜੇ ਹੈਗੇ ਆ ਸਾਡੀ ਸਟਾਫ ਹੈ ਪੂਰਾ ਉੱਥੇ ਜਿੰਨੇ ਵੀ ਸਾਡੇ ਕੋਲ ਡੌਗ ਆਉਂਦੇ ਆ ਅਸੀਂ ਮਿਲ ਕੇ ਕੰਮ ਕਰਦੇ ਆ ਐਕਸਰਸਾਈਜ਼ ਕਰਾਉਣ ਵਾਸਤੇ ਅਲੱਗ ਲੜਕੇ ਰੱਖੇ ਹੋਏ ਆ ਕਾਲਿੰਗ ਸੁਣਨ ਵਾਸਤੇ ਅਲੱਗ ਲੜਕੀਆਂ ਰੱਖੀਆਂ ਹੋਈਆਂ ਆ ਟ੍ਰੇਨਿੰਗ ਵਾਸਤੇ ਅਲੱਗ ਲੜਕੇ ਰੱਖੇ ਹੋਏ ਆ ਠੀਕ ਹੈ ਜੀ ਐਵਰੀਥਿੰਗ ਤੇ ਕਿਸੇ ਨੂੰ ਵੀ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਹੈ ਇਹ ਨਾ ਸੋਚੋ ਕਿ ਡੌਗ ਵੱਡਾ ਹੋ ਗਿਆ ਹੁਣ ਟ੍ਰੇਨ ਨਹੀਂ ਹੋਣਾ ਹੈਗਾ ਬਹੁਤ ਵਧੀਆ ਟ੍ਰੇਨ ਹੋ ਜਾਊਗਾ ਆ ਵੀ ਆ ਦੇਖੋ 2 ਸਾਲ ਦਾ ਹੈਗਾ ਆ ਹਸਕੀ ਤੇ ਇਹ ਥੋੜਾ ਜਿਹਾ ਵੱਡਾ ਸੀਗਾ ਥੋੜਾ ਅਗਰੈਸ਼ਨ ਦਿਖਾਉਂਦਾ ਸੀ ਬਟ ਹੁਣ ਇਹ ਕਾਮ ਹੋਇਆ ਹੋਇਆ ਫੜਿਆ ਹੋਇਆ ਬਹੁਤ ਵਧੀਆ ਜਦ ਮਰਜ਼ੀ ਆਓ ਸਿੱਖੋ ਸਾਡੇ ਕੋਲ ਉਰੇ ਅਸੀਂ ਕੁੱਤੇ ਨੂੰ ਘੱਟ ਸਿਖਾਉਂਦੇ ਆ ਬੰਦੇ ਨੂੰ ਜ਼ਿਆਦਾ ਸਿਖਾਉਂਦੇ ਆ ਕਿਉਂਕਿ ਤੁਸੀਂ ਓਨਰ ਦੀ ਵੀ ਟ੍ਰੇਨਿੰਗ ਲਾਉਂਦੇ ਹੋ ਦੇਖੋ ਜੀ ਜਦ ਵੀ ਓਨਰ ਆਉਂਦੇ ਨੇ ਲੈਣ ਵਾਸਤੇ ਅਸੀਂ ਸਪੈਸ਼ਲ ਕਹਿੰਦੇ ਆ ਕਿ ਪੂਰਾ ਪਰਿਵਾਰ ਆਵੋ ਤਾਂ ਕਿ ਸਾਰੇ ਪਰਿਵਾਰ ਨੂੰ ਪਤਾ ਲੱਗ ਜਾਵੇ ਅਸੀਂ ਸੈਸ਼ਨ ਦਿੰਨੇ ਆ ਅੱਧੇ ਘੰਟੇ ਦਾ ਘੰਟੇ ਦਾ ਸੈਸ਼ਨ ਦਿੰਨੇ ਆ ਕੁੱਤੇ ਨੂੰ ਕਿੰਨਾ ਦੇਣਾ ਆ ਖਾਣ ਨੂੰ ਕਦ ਦੇਣਾ ਆ ਕੀ ਦੇਣਾ ਆ ਦੂਜੀ ਚੀਜ਼ ਕਿਹੜੀ ਐਕਸਰਸਾਈਜ਼ ਕਰਾਣੀ ਹੈ ਕਿੱਦਾਂ ਕਿੱਦਾਂ ਰੈਪੀਟੀਸ਼ਨਸ ਕਰਵਾਣੇ ਆ ਕਿੱਦਾਂ ਰਿਵਾਰਡ ਦੇਣੇ ਆ ਐਵਰੀਥਿੰਗ ਅਸੀਂ ਹੈਂਡਓਵਰ ਕਰਦੇ ਹਾਂ ਤੁਸੀਂ ਉਹਨਾਂ ਨੂੰ ਸਿਖਾ ਕੇ ਤੋਰਦੇ ਹੋ ਹਾਂਜੀ ਹਾਂਜੀ ਅਸੀਂ ਇਸ ਤੋਂ ਪਹਿਲਾਂ ਤਾਂ ਜਾਣ ਹੀ ਨਹੀਂ ਦਿੰਦੇ ਹੈਗੇ ਜਿੰਨੇ ਪੈਸੇ ਲਿੱਤੇ ਆ ਉਹ ਅਸੀਂ ਰਿਟਰਨ ਤਾਂ ਕਰਦੇ ਹੀ ਕਰਦੇ ਹਾਂ ਜਿਹੜੀ ਹੈਂਡਓਵਰ ਤਾਂ ਕਰਨੀ ਕਰਨੀ ਹਾਂਜੀ ਬਿਲਕੁਲ ਬਿਲਕੁਲ ਤੇ ਵਿਊਅਰਸ ਲਈ ਕੀ ਖਾਸ ਆਫਰ ਹੈ ਜਿਹੜੇ ਦੇਖ ਕੇ ਆਣਗੇ ਹੁਣ ਹਾਂ ਦੇਖੋ ਜੀ ਜਿਹੜੇ ਵੀ ਇਸ ਚੈਨਲ ਦੇ ਮਾਧਿਅਮ ਤੇ ਜਿਹੜੇ ਵੀ ਮੇਰੇ ਕੋਲ ਟ੍ਰੇਨਿੰਗ ਵਾਸਤੇ ਆਣਗੇ ਉਹਨਾਂ ਲਈ ਖਾਸ ਆਫਰ ਦਿੱਤੀ ਜਾਊਗੀ ਆ ਕਿਉਂਕਿ ਇਹ ਚੈਨਲ ਮੇਰਾ ਸਪੈਸ਼ਲ ਔਰ ਮੇਰਾ ਜਿਹੜਾ ਕਹਿ ਸਕਦੇ ਹਾਂ ਆਪਾਂ ਮੇਰਾ ਵਧੀਆ ਚੈਨਲ ਹੈਗਾ ਆ ਪਹਿਲਾਂ ਵੀ ਇਸ ਚੈਨਲ ਦੇ ਉੱਪਰ ਮੇਰੀ ਵੀਡੀਓ ਗਈ ਹੈਗੀ ਆ ਭੈਣ ਜੀ ਆਏ ਸੀਗੇ ਜਾਂ ਭਾਈ ਸਾਹਿਬ ਆਏ ਸੀਗੇ ਇਹ ਵੀਡੀਓ ਨੂੰ ਸ਼ੂਟ ਕਰਨ ਵਾਸਤੇ ਅਤੇ ਜਿਹੜਾ ਵੀ ਇਸ ਚੈਨਲ ਦੇ ਥਰੂ ਆਊਗਾ ਸਾਡੇ ਕੋਲ ਅਸੀਂ ਉਹਨੂੰ ਸਪੈਸ਼ਲ ਆਫਰ ਦੇਵਾਂਗੇ ਜੀ ਠੀਕ ਹੈ ਵੀਰ ਜੀ ਤੇ ਦੋਸਤੋ ਹੁਣ ਤੁਸੀਂ ਜੇ ਆਪਣੇ ਡੌਗ ਨੂੰ ਟ੍ਰੇਨ ਕਰਨਾ ਚਾਹੁੰਦੇ ਆ ਤਾਂ ਵੀਰ ਦਾ ਨੰਬਰ ਤੁਹਾਨੂੰ ਦੇਣ ਲੱਗਿਆਂਗੇ ਤੇ ਵੀਰ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਵੀਰ ਜੀ ਇੱਕ ਵਾਰ ਇੱਕ ਨੰਬਰ ਵੀਡੀਓ 'ਚ ਵੀ ਬੋਲ ਦਿਓ ਕਈ ਵਾਰ ਲਿਖਿਆ ਹੁੰਦਾ ਪਰ ਵੀਰ ਫਿਰ ਵੀ ਪੁੱਛ ਜਾਂਦੇ ਕਮੈਂਟ ਕਰਕੇ ਮੇਰਾ ਨੰਬਰ ਹੈਗਾ ਜੀ 9876143761 ਤੁਸੀਂ ਇੰਸਟਾ ਤੇ ਵੀ ਸਰਚ ਕਰ ਸਕਦੇ ਹੋ ਫੇਸਬੁੱਕ ਤੇ ਵੀ ਸਰਚ ਕਰ ਸਕਦੇ ਹੋ ਔਰ ਯੂਟਿਊਬ ਤੇ ਵੀ ਸਰਚ ਕਰ ਸਕਦੇ ਹੋ ਥਾਪਰ ਡੌਗ ਟ੍ਰੇਨਿੰਗ ਸੈਂਟਰ ਰਿਸ਼ੀ ਥਾਪਰ ਡੌਗ ਟ੍ਰੇਨਰ ਇਹ ਦੋਨੀ ਚੀਜ਼ਾਂ ਤੁਸੀਂ ਸਰਚ ਕਰੋਗੇ ਤੁਹਾਨੂੰ ਮੇਰੀ ਸਾਰੀ ਪ੍ਰੋਫਾਈਲ ਮਿਲ ਜੂਗੀ ਵੀਰ ਜੀ ਇੱਕ ਵਾਰ ਆਪਣਾ ਐਡਰੈਸ ਵੀ ਜ਼ਰੂਰ ਬੋਲ ਕੇ ਦੱਸ ਦਿਓ ਜ਼ਰੂਰ ਜੀ ਸਾਡਾ ਐਡਰੈਸ ਬਹੁਤ ਈਜ਼ੀ ਹੈ ਜੀ ਜਦ ਪਟਿਆਲਾ ਦੇ ਵਿੱਚ ਤੁਸੀਂ ਐਂਟਰ ਕਰ ਗਏ ਸਾਡੇ ਉਰੇ ਦਾ ਜਿਹੜਾ ਬੈਸਟ ਗੁਰਦੁਆਰਾ ਮੰਨਿਆ ਹੋਇਆ ਗੁਰਦੁਆਰਾ ਹੈਗਾ ਆ ਗੁਰਦੁਆਰਾ ਸਾਹਿਬ ਉਹ ਹੈਗੇ ਆ ਸ਼੍ਰੀ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਜਿੱਥੇ ਲੋਕਾਂ ਦੀ ਕਾਫੀ ਸ਼ਰਧਾ ਬਿਲਕੁਲ ਬਹੁਤ ਸ਼ਰਧਾ ਜੁੜੀ ਹੋਈ ਹੈ ਜੀ ਬਿਲਕੁਲ ਸਾਡੇ 100 ਕਦਮਾਂ ਤੇ ਹੈ ਜਦ ਤੁਸੀਂ ਆਓਗੇ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਤੋਂ ਸਿਰਫ ਮੇਰਾ 100 ਕਦਮਾਂ ਤੇ ਹੈ ਥਾਪਰ ਪੈਟ ਸ਼ਾਪ ਦੇ ਨਾਮ ਦੇ ਉੱਪਰ ਨਾਲ ਹੀ ਸਾਡਾ ਥਾਪਰ ਡੌਗ ਟ੍ਰੇਨਿੰਗ ਸਕੂਲ ਹੈ ਪਿੱਛੇ ਸਾਡਾ ਟ੍ਰੇਨਿੰਗ ਸੈਂਟਰ ਹੈ ਸਾਡੀਆਂ 3 ਬ੍ਰਾਂਚਾਂ ਹੈਗੀਆਂ ਇੱਥੇ ਜੀ ਤੁਸੀਂ ਜਦ ਵੀ ਆਉਣਾ ਹੈ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਹੋ ਇੱਥੇ ਤੁਹਾਨੂੰ ਮਿਲ ਜੂਗੀ ਲੋਕੇਸ਼ਨ ਵੀ ਪਾਉਂਗੇ ਆ ਥਾਪਰ ਪੈਟ ਸ਼ਾਪ ਦੀ ਤਾਂ ਪਹੁੰਚੋਗੇ ਥਾਪਰ ਡੌਗ ਟ੍ਰੇਨਿੰਗ ਸਕੂਲ ਦੀ ਪਾਉਂਗੇ ਤਾਂ ਵੀ ਪਹੁੰਚੋਗੇ ਇੱਕ ਟਾਈਮ ਕਿੰਨੇ ਕੁ ਡੌਗ ਤੁਸੀਂ ਇੱਥੇ ਰੱਖ ਸਕਦੇ ਹੋ ਇਹ ਵੀ ਪ੍ਰੋਬਲਮ ਆਣੀ ਹੈ ਵੀਡੀਓ ਦੇਖਣ ਤੋਂ ਬਾਅਦ ਸਾਡੇ ਕੋਲ ਜੀ ਇੱਥੇ 40-45 ਡੌਗ ਔਨ ਦਾ ਸਪੋਟ ਖੜੇ ਹੀ ਹੁੰਦੇ ਨੇ 40-45 ਨਸਲਾਂ ਦੇ ਡੌਗ ਵਧੀਆ ਅਲੱਗ-ਅਲੱਗ ਨਸਲਾਂ ਦੇ ਤੁਹਾਨੂੰ ਇੱਥੇ ਡੌਗ ਦੇਖਣ ਨੂੰ ਮਿਲਣਗੇ ਜਦ ਵੀ ਆਓ ਚੰਗਾ ਟਾਈਮ ਕੱਢ ਕੇ ਆਓ ਆਪਣੇ ਪਰਿਵਾਰ ਨੂੰ ਲੈ ਕੇ ਆਓ ਅਲੱਗ-ਅਲੱਗ ਨਸਲਾਂ ਦੇ ਡੌਗ ਵੀ ਦੇਖੋ
तो दुख निवारण साहब गुरुद्वारे के दर्शन भी करके जाओ। ठीक है, गुड बॉय, शाबाश, गुड। डोंट टेक, जस्ट टेक, कम।